ਇਹ 에어ਟੌਪ ਬਹੁਤ ਹੀ ਵਧੀਆ ਖਿਡੌਣਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਇਹੋ ਜਿਹੇ ਕਾਰਡ ਅਤੇ ਥੰਬ ਟੈਕ ਚਾਹੀਦੇ ਹਨ। ਕਾਰਡ ਦੀ ਬਣਤਰ ਜ਼ਰੂਰੀ ਤੌਰ 'ਤੇ 6 ਬਿੰਦੂਆਂ ਵਾਲਾ ਤਾਰਾ ਅਤੇ 6 ਫਲੈਪ ਵਾਲੀ ਹੋਣੀ ਚਾਹੀਦੀ ਹੈ। ਫਲੈਕਸੀਬਲ ਨੂੰ 3 ਸਾਈਡਸ ਤੋਂ ਫਲੈਪਸ ਨੂੰ 3 ਸਾਈਡ ਤੋਂ ਕੱਟ ਲਓ ਅਤੇ ਉੱਪਰ ਕਰ ਦਿਓ। ਜਦੋਂ ਹਵਾ ਫਲੈਪਸ ਨਾਲ ਟਕਰਾਏਗੀ ਤਾਂ ਲਾਟੂ ਘੁੰਮੇਗਾ। ਫਲੈਪਸ ਨੂੰ ਉੱਪਰ ਚੁੱਕਣ ਤੋਂ ਬਾਅਦ ਥੰਬ ਟੈਕ ਥੱਲਿਓਂ ਵਿਚਕਾਰ ਰੱਖ ਦਿਓ। ਥੰਬ ਟੈਕ ਨੂੰ ਆਪਣੀ ਜਗ੍ਹਾ 'ਤੇ ਜੋੜਨ ਲਈ ਥੋੜ੍ਹੀ ਗੂੰਦ ਲਗਾ ਦਿਓ। ਲਾਟੂ ਨੂੰ ਘੁਮਾਉਣ ਲਈ ਟੈਕ ਬਹੁਤ ਵਧੀਆ ਪਾਈਵਟ ਬਣੇਗਾ। ਹੁਣ ਆਪਣੇ ਲਾਟੂ ਨੂੰ ਰੰਗਾਂ ਨਾਲ ਸਜਾਓ। ਫਿਰ ਇਸ ਨੂੰ ਘੁਮਾਉਣ ਦੇ ਲਈ ਆਪਣੇ ਮੂੰਹ ਦੇ ਵਿੱਚੋਂ ਹਵਾ ਦਿਓ। ਜੇ ਤੁਸੀਂ ਹਵਾ ਸਟਰਾਅ ਵਿੱਚੋਂ ਮਾਰੋਗੇ ਤਾਂ ਲਾਟੂ ਹੋਰ ਵੀ ਤੇਜ਼ ਘੁੰਮੇਗਾ। ਲਾਟੂ ਬਹੁਤ ਤੇਜ਼ ਘੁੰਮੇਗਾ ਅਤੇ ਰੰਗਾਂ ਦੇ ਪੈਟਰਨ ਅਤੇ ਡਿਜ਼ਾਈਨ ਬਹੁਤ ਸੋਹਣੇ ਲੱਗਣਗੇ।